ਅਸਲਾਮ ਅਲੈਕਮ। ਉਹ ਜੀ ਅਕਬਰ ਬਾਜਵਾ ਸਾਹਿਬ ਆਰਾ ਤੇਜ਼ ਕਰਦੇ ਹੋਇਆ, ਆਰਾ ਤੇਜ਼ ਕਰਨ ਤੋਂ ਬਾਅਦ ਦੀ ਲੱਕੜਾਂ ਦੀ ਕਟਾਈ ਸ਼ੁਰੂ ਹੋ ਗਈ। ਆਓ ਜੀ ਆਹ ਦੇਖੋ ਜੀ, ਚਾਚਾ ਅਕਬਰ ਬਾਜਵਾ ਸਾਹਿਬ ਲੱਕੜਾਂ ਦੀ ਕਾਰਾਂ ਨੇ ਕਟਾਈ ਬੜੇ ਜ਼ੋਰੋ ਸ਼ੋਰ ਨਾਲ, ਅਤੇ ਮਸਾਤ ਆਏ ਸਨ। ਮਸਾਤ ਆਏ ਸਨ ਕੋਈ ਸ਼ਾਦੀ ਵਾਸਤੇ ਲੱਕੜ ਲੈਣ ਵਾਸਤੇ, ਆਪਣੇ ਇੱਥੇ ਬਰਾਬਰ ਕਿਹਾ ਸਿਖਰ ਪੁੱਛਿਆ ਸੁੱਖਿਆ, ਅਤੇ ਚਾਚਾ ਅਕਬਰ ਨੂੰ ਸੱਦਿਆ ਕਿ ਛੋਟੇ ਛੋਟੇ ਕਰਦੇ ਹੋ ਕਿਤੇ ਰਸਤੇ ਤੋਂ ਲੋਡ ਕਰਨਾ, ਉਹ ਹੁਣ ਕਰ ਰਹੇ ਨੇ ਇਹਦੇ ਛੋਟੇ ਛੋਟੇ ਲੋਡ ਜੋੜਨਾ, ਛੋਟੇ ਕਰਨ ਤੋਂ ਬਾਅਦ ਇਹਨਾਂ ਨੂੰ ਕਰਾਂਗੇ ਲੋਡ ਰਸਤੇ ਉੱਤੇ, ਰਸਤੇ ਉੱਤੇ ਲੋਡ ਕਰਕੇ ਫਿਰ ਇਹਨਾਂ ਨੂੰ ਭੇਜ ਦਿਆਂਗੇ ਪੈਸਾ। ਬਾਬੂ ਜਵਾਨ ਸਭ ਫਿਰ ਰੱਖਦੇ ਫਟੇ ਦਾ ਥੋੜ੍ਹਾ ਕੰਮ ਰਹਿ ਗਿਆ, ਸਾਰਾ ਕਿੱਕਾ ਕਰਤਾ ਤੂੰ ਇਕੱਲੇ ਨੇ ਪੁੱਛਿਆ, ਬੰਦਾ ਬੜੀ ਤਗੜੀ ਖਲਾਬ ਆ। ਫਿਰ ਹੋਵੇ ਚਾਚਾ ਅਕਬਰ ਲੱਕੜਾਂ ਦੀ ਕਟਾਈ ਹੋ ਗਈ ਮੁਕੰਮਲ, ਹੁਣ ਲੋਡ ਕਰ ਆਓ ਜੀ। ਆਹ ਲੋਡ ਅੰਗ ਹੋ ਰਿਹਾ ਚਾਹ ਬਾਬੀ ਜਵਾਨ ਨੂੰ, ਮੋਟੀਆਂ ਲੱਕੜਾਂ ਸੁੱਟ ਗਈਆਂ, ਹੋ ਰਹਿ ਗਿਆ ਨੇ ਬਰੀਕ ਸੋਚਣ, ਇਹ ਵੀ ਸੁੱਟੋ ਵਿੱਚ ਕਰੋ ਲੋਡ, ਫਿਰ ਵੇਹਦੇ ਪਿਆ ਬੂਟ ਤੱਕ ਕੀ ਕਰਨਾ, ਤੁਰਦੇ ਤੁਰਦੇ ਸੁਰੱਖਿਅਤ ਤੱਕ ਲਾ ਕੇ ਸੁਰੱਖਿਅਤ ਚਾਲ ਆਓ ਜੀ। ਰਕਸ਼ੇ ਵਾਲਾ ਜੀ ਚੜ੍ਹ ਰਿਹਾ ਰਕਸ਼ੇ ਉੱਤੇ, ਰਕਸ਼ਾ ਹੋਣ ਲੱਗਾ ਸਟਾਰਟ, ਅਤੇ ਰਕਸ਼ੇ ਨੂੰ ਹੁਣ ਪੱਕੇ ਚੜ੍ਹਨ ਵਾਸਤੇ ਬੰਦਿਆਂ ਦੀ ਜ਼ਰੂਰਤ ਆ, ਅਤੇ ਲੱਗਣਾ ਵਾ ਤਗੜਾ ਦੋ ਠੀਕ ਆ, ਅਤੇ ਹੁਣ ਜ਼ਰਾ ਮਸਾਤਾਂ ਮੇਰਿਆਂ ਦਾ ਜ਼ੋਰ ਲਾਉਣ 'ਤੇ ਚੈੱਕ ਕਰਿਓ, ਯਾਦ ਰੱਖਿਓ ਕਿ ਇਹਦੇ ਵਿੱਚ ਇੱਕ ਤਗੜਾ ਇਹ ਪੇਂਡੂ ਬਲਾਗਰ ਆਸਫ ਭਾਈ ਉਹ ਅੱਗੇ ਵਾਲੇ, ਜ਼ਰਾ ਇਹਨਾਂ ਨੂੰ ਵੀ ਚੈੱਕ ਕਰੋ, ਇਹ ਸਿਰਫ ਯੂਟਿਊਬ ਦੇ ਸਪੈਸ਼ਲਿਸਟ ਨਹੀਂ ਧੱਕਾ ਲਾਉਣ ਦੇ, ਉਹ ਵੇਖੋ ਉਹ ਵੇਖੋ ਤੁਹਾਡੀ ਤੁਹਾਡੀ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ, ਉਹ ਚੜ੍ਹ ਗਿਆ ਉਹ ਚੜ੍ਹ ਗਿਆ ਜੀ। ਚਲੋ ਜੀ ਇੰਨੀ ਕੈਚ ਵੀਡੀਓ ਸੀ, ਇਹ ਤੁਸੀਂ ਵੇਖ ਲਓ।